ਅੱਜ ਮਾਨਸਾ ਵਿਖੇ ਕੱਚੇ ਅਧਿਆਪਕਾਂ ਵੱਲੋਂ ਫੇਰ ਤੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਹੈ ਤੇ ਸਰਕਾਰ ਖਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਇਹ ਮੁਜ਼ਾਹਰਾ ਜਾਰੀ ਹੈ ਤੇ ਅੱਜ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ AIESTR EGS ਯੂਨੀਅਨ ਦੇ ਮੈਂਬਰ ਸ਼ਾਮਿਲ ਹੋਏ। ਪਿਛਲੇ 3 ਦਿਨਾਂ ਤੋਂ 3 ਕੋਨੀ ਤੇ ਧਰਨਾ ਲਗਾਇਆ ਗਿਆ ਜੀ। ਅਸੀਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਿਹੜੇ 13 ਸਾਲਾਂ ਤੋਂ ਭੁਗਤ ਰਹੇ ਹਾਂ, ਅਸੀਂ ਉਸ ਦੇ ਖਿਲਾਫ ਧਰਨਾ ਲਗਾਇਆ। ਅਸੀਂ ਸਾਨੂੰ ਸਰਕਾਰ ਨੇ 2003 ਦੇ ਵਿੱਚ ਅਸੀਂ ਭਰਤੀ ਹੋਏ ਸੀ, ਜਦੋਂ 1000 ਰੁਪਏ ਤੇ ਅਸੀਂ ਕੰਮ ਕੀਤਾ। ਉਸ ਤੋਂ ਬਾਅਦ 2014 ਦੇ ਵਿੱਚ ਸਾਡੀ ਭਰਤੀ ਕੀਤੀ ਗਈ, ਜਿੱਥੇ ਸਾਨੂੰ 5000 ਰੁਪਇਆ ਦਿੱਤਾ ਗਿਆ। ਅੱਜ ਸਰਕਾਰ ਨੇ ਸਕੂਲਾਂ ਦੇ ਵਿੱਚ ਜਿਹੜੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਨੇ, ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਤੁਹਾਡੀ ਪੋਸਟ ਕ੍ਰੀਏਟ ਕਰਕੇ ਤੁਹਾਨੂੰ ਉੱਥੇ ਪਰਮਾਨੈਂਟ ਟੀਚਰ ਦਾ ਜਿਹੜਾ ਦਰਜਾ ਦਿੱਤਾ ਜਾਊਗਾ। ਪਰ ਪਿਛਲੇ ਕੁਛ ਦਿਨਾਂ ਦੇ ਵਿੱਚ ਸਰਕਾਰ ਨੇ ਤੁਗਲਕੀ ਫਰਮਾਨ ਜਾਰੀ ਕਰਕੇ ਸਾਡੀ ਜਿਹੜੀ ਰੈਸ਼ਨਲਾਈਜੇਸ਼ਨ ਸੀ ਉਹ ਕੀਤੀ ਜਾ ਰਹੀ ਆ, ਜਿਹਦੇ ਵਿੱਚ ਕੀ ਆ, ਸਾਨੂੰ 5000 ਤਨਖਾਹ ਦੇ ਕੇ ਸਾਨੂੰ ਕੀ ਆ ਬਾਹਰਲੇ ਜਿਹੜੇ ਡਿਸਟ੍ਰਿਕਟਾਂ ਦੇ ਵਿੱਚ ਭੇਜਿਆ ਜਾਂਦਾ, ਜਿਸਦਾ ਅਸੀਂ ਪੂਰਜੋਰ ਵਿਰੋਧ ਕਰਦੇ ਆ। ਅਸੀਂ ਇਸ ਚੀਜ਼ ਦਾ ਵੀ ਵਿਰੋਧ ਨਹੀਂ ਕਰਦੇ ਕਿ ਰੈਸ਼ਨਲਾਈਜੇਸ਼ਨ ਕਿਉਂ ਕੀਤੀ ਜਾ ਰਹੀ, ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਸਾਡੀ ਪ੍ਰੀ ਪ੍ਰਾਇਮਰੀ ਦੇ ਉੱਤੇ ਜਿਹੜੀ ਸਾਡੀ ਪੋਸਟ ਆ ਉਹ ਕ੍ਰੀਏਟ ਕਰਕੇ ਸਾਨੂੰ ਜਿਹੜੇ ਪੇ ਸਕੇਲ ਆ ਜਾਂ ਡੀਸੀ ਜਿਹੜਾ ਪੇ ਸਕੇਲ ਆ ਸਾਨੂੰ ਦਿੱਤਾ। ਜਿਹੜਾ ਅੱਜ ਦਾ ਇਹ ਧਰਨਾ ਸੀ ਉਹਦਾ 3 ਦਿਨ ਨਹੀਂ ਜੀ? ਨਹੀਂ, ਇਹ ਸਾਡਾ ਧਰਨਾ 28 ਤਰੀਕ ਤੱਕ ਲੱਗਿਆ ਰਹੇਗਾ ਜੀ। ਹਾਂਜੀ ਹਾਂਜੀ ਬਿਲਕੁਲ ਜੀ, ਉਸ ਤੋਂ ਬਾਅਦ ਅਸੀਂ ਪਟਿਆਲੇ ਵੱਲ ਕੂਚ ਕਰਨਾ ਜੀ। ਇਹ ਜਿਹੜਾ ਸਾਡਾ ਧਰਨਾ ਇਹ ਪੂਰੇ ਪੰਜਾਬ ਦੀ ਸਹਿਮਤੀ ਦੇ ਨਾਲ ਲੱਗਿਆ, ਸਾਡੇ ਕੁਛ ਸਾਥੀ ਆ ਜਿਹੜੇ ਟਰਨ ਬਾਈ ਟਰਨ ਇੱਥੇ ਆਉਂਦੇ ਰਹਿਣਗੇ ਜੀ। ਇਹ ਤੁਹਾਡਾ ਜਿਹੜਾ ਧਰਨਾ ਹੈ ਭੁੱਖ ਹੜਤਾਲ ਹੈ ਕਿ ਮਰਨ ਵਾਸਤੇ ਜੀ? ਨਹੀਂ ਜੀ, ਮਰਨ ਵਾਸਤੇ ਜੀ, ਸਾਡਾ ਜਿਹੜਾ ਲੜਕਾ ਬੈਠਾ ਹੋਇਆ ਉਹਦਾ ਸੱਗ ਰੱਖ ਲਈ ਆ, ਉਹ ਮਰਨ ਵਾਸਤੇ ਬੈਠਾ ਹੋਇਆ ਜੀ। ਉਸ ਨਾਲ ਪਹਿਲਾਂ ਮੇਰੀ ਗੱਲ ਹੋਈ ਸੀ, ਪਹਿਲੇ ਦਿਨ ਹੀ ਉਹ ਕਹਿ ਰਿਹਾ ਸੀ ਵੀ ਤੇ ਭੁੱਖ ਹੜਤਾਲ ਹੈ ਮਰਨ ਵਰਤੀ ਕਿਹਦੇ ਨਾਲ? ਨਹੀਂ ਜੀ, ਉਹ 1 ਦਿਨ ਲਈ ਸੀਗੀ ਜੀ, ਭੁੱਖ ਹੜਤਾਲ ਸੀ ਜਿਹੜੀ ਪਹਿਲੇ ਦਿਨ ਸੀ। ਅਸੀਂ ਵੇਖਣਾ ਸੀ ਸਰਕਾਰ ਕੀ ਰਿਸਪੌਂਸ ਦੇ ਰਹੀ ਹੈ। ਹੁਣ ਜਿਹੜਾ ਕੱਲ ਤੋਂ ਜਿਹੜਾ ਸਾਡਾ ਉਹ ਲੜਕਾ ਭੁੱਖ ਹੜਤਾਲ ਸੌਰੀ ਮਰਨ ਵਰਤੇ ਬੈਠਿਆ ਹੋਇਆ ਜੀ, ਜੇਕਰ ਸਰਕਾਰ ਹਾਲੇ ਵੀ ਮਤਲਬ ਕਿ ਸਾਡੀ ਉਸੇ ਗੱਲ ਨੂੰ ਨਹੀਂ ਸੁਣਵਾਈ ਕਰ ਰਹੀ, ਤਾਂ ਸਾਡੇ ਜਿਹੜਾ ਇਤਿਹਾਸ IGS ਯੂਨੀਅਨ ਦਾ ਇਹ ਕਿਸੇ ਤੁਹਾਨੂੰ ਕਹਿ ਨਹੀਂ, ਸਾਡੇ ਪਹਿਲਾਂ ਵੀ ਸ਼ਹੀਦੀਆਂ ਦੇ ਚੁੱਕੇ ਆ, ਸਾਡੇ ਜਿਹੜੇ ਕੇਡਰ ਆ ਉਹ ਪਤਾ ਨਹੀਂ ਕੀ ਕਰ ਜਾਣਗੇ, ਇਹਦੇ ਲਈ ਸਰਕਾਰ ਜ਼ਿੰਮੇਵਾਰ ਹੋ। ਸਰਕਾਰ ਖਿਲਾਫ ਵਰਦਿਆਂ ਅਧਿਆਪਕਾਂ ਨੇ ਸਰਕਾਰ ਨੂੰ ਜਲਦੀ ਤੋਂ ਜਲਦੀ ਕੱਚੇ ਅਧਿਆਪਕਾਂ ਨੂੰ ਚੰਗੀ ਤਨਖਾਹ ਤੇ ਪੱਕੇ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਦੇ ਕੰਨ ਤੇ ਜੂਣ ਅਸਰ ਕੀ ਤਾਂ ਜਲਦੀ ਹੀ ਇਹ ਮੁਜ਼ਾਹਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਕੀਤਾ ਜਾਵੇਗਾ। ਕੈਮਰਾਮੈਨ ਦਿਲਬਾਗ ਜ਼ਖਮੀ ਦੇ ਨਾਲ ਦਵਿੰਦਰਪਾਲ ਬੱਬੀ, DNews ਮਾਨਸਾ।